सच्ची दस कदों तो चल रहा चोरी अंदर बैठ के दुध पीन दा प्रोग्राम? पैसे दे के मुल दा दुध पीना सी पर उस्ताद कहंदा पैसे देण दी की लोड़ आ। उस्ताद कौन? आही और कौन? तू पहला तो खड़ा हो। उरिया मेरे बारे की कहंदा सी तेरा उस्ताद? देख जे तो दस देगा फिर चोरी अंदर आने की लोड़ नहीं, शरेआम मुफ्त दूध मिलू। ਕਹਿੰਦਾ ਸੀ ਪਿਓ ਤੇ ਧੀ ਦੋਨੋਂ ਉਹ ਨੇ ਚੱਕੀ ਚਲੋ ਦੁੱਧ ਘਿਓ ਦੇ ਫੱਟੇ ਕੀ ਨਾਲੇ ਤੁਹਾਡੇ ਬਾਰੇ ਕਹਿੰਦਾ ਸੀ ਉਹ ਤਾਂ ਬਾਲੀ ਉਹ ਸੋਹਣੀ ਹੈ ਮੈਨੂੰ ਬਹੁਤ ਚੰਗੀ ਲੱਗਦੀ ਹੈ। ਉਹ ਤੋਚੀ ਆ ਕੀ ਕਰੀ ਜਾਂਦਾ? ਪੈਰੀ ਪੈਣਾ ਉਸਤਾਦ ਜੀ ਗਲਤ ਗਾਈਡ ਨਾ ਕਰਿਆ ਕਰੋ ਬੱਚਿਆਂ ਨੂੰ, ਅਸੀਂ ਤਾਂ ਤੁਹਾਡੇ ਕੋਲ ਭਲਵਾਨ ਬਣਨ ਆਏ ਆ, ਤੁਸੀਂ ਸਾਨੂੰ ਟ੍ਰੇਨਿੰਗ ਚੋਰਾਂ ਵਾਲੀ ਦੇਈ ਜਾਂਦੇ ਹੋ। ਉਹਨਾਂ ਜੁੱਤੀਆਂ ਨਾ ਖਾਲੀ ਮੈਥੋਂ ਚੱਲ ਪਾ ਜਿੱਥੋਂ ਚੱਲ ਉਹ ਮੇਰੇ ਯਾਰਾ ਸੱਚਾਂ ਪੈ ਜਾ ਕਰਾ ਚੱਲ ਸਾਲਾ ਕੀ ਉਹ ਕਿੱਥੋਂ ਬੋਲ ਪਿਓ ਬੰਦ ਹੋ ਜਾ। ਬੜਾ ਕਹਿਣਾ ਮੰਨਿਆ ਵੀ ਮੇਰਾ ਲਵਾ ਹੀ ਲਈ ਫਿਰ ਮੇਰੇ ਵਾਲੀ ਰਿੰਗਟੋਨ ਮੇਰੇ ਕਹਿਣ ਤੇ। ਮੈਂ ਮੇਰੇ ਦੋਸਤਾਂ ਨੇ ਕਿਹਾ ਸੀ ਮੈਂ ਤਾਂ ਲਵਾਈ ਹੈ। ਤੂੰ ਕਿਹਾ ਬਈ ਮਰ ਗਿਆ ਤਾਂ ਗੱਲ ਹੀ ਨਹੀਂ ਹੋਈ, ਤੂੰ ਪੱਕਾ ਕਿਹਾ ਹੋਣਾ? ਨਾ ਜੀ ਮੈਂ ਕਿਉਂ ਕਹੂੰਗਾ ਜੀ, ਉਹ ਨਹੀਂ ਜੀ ਉਹ ਤਾਂ ਮੈਂ ਕਿਹਾ ਸੀ ਬਾਈ ਨੂੰ ਵੀ ਗੀਤ ਸੋਹਣਾ ਲਾ ਲਾ ਰਿੰਗ ਟਿਊਨ। ਰਾਣੀ ਤੂੰ ਕਿਹੜੀਆਂ ਗੱਲਾਂ 'ਚ ਪਈਆਂ ਯਾਰ, ਲਾਲਾ ਜੀ ਕਿੱਥੇ ਹੈ ਦੱਸ? ਸ਼ਹਿਰ ਗਏ ਨੇ ਪਰ ਤੇਰੇ ਤੋਂ ਉਹਨਾਂ ਦੇ ਸ਼ਹਿਰ ਗਏ ਦਾ ਫਾਇਦਾ ਨਹੀਂ ਲੈ ਹੋਣਾ। ਮੈਂ ਕੀ ਫਾਇਦਾ ਲੈਣਾ ਉਹਨਾਂ ਦਾ? ਅੱਜ ਤੇਰੇ ਕੋਲ ਮੌਕਾ ਸੀ ਕਹਿਣ ਦਾ ਵੀ ਤੂੰ ਮੇਰੇ ਤੇ ਮਰਿਆ ਫਿਰਦਾ, ਡੇਰੀ ਤਾਂ ਆਨੇ ਬਹਾਨੇ ਬਣਾ ਕੇ ਆ ਜਾਂਦਾ। ਡੇਰੀ ਮੈਂ ਦੁੱਧ ਪਾਉਣ ਆਉਣਾ? ਦੁੱਧ ਤੁਹਾਡਾ ਬੜੀਆਂ ਡੇਰੀਆਂ ਤੇ ਪੈਂਦਾ ਹੈ, ਆਉਂਦਾ ਪਰ ਤੂੰ ਸਿਰਫ ਇੱਥੇ ਹੀ ਆ। ਓ ਓ ਚਲੋ ਇੱਥੋਂ, ਐਵੇਂ ਗਲ ਪੈਣ ਨੂੰ ਫਿਰਦੀ ਹੈ। ਬਾਈ ਜੀ ਸੰਘਾ ਆਪਣਾ ਲੇਖਾ ਜੋਖਾ ਨਹੀਂ ਭੁੱਲਦਾ, ਖਾਸ ਕਰ ਦੁਸ਼ਮਣੀ ਕਾ। ਤਾਂ ਮੈਂ ਆਪਣੇ ਬੰਦੇ ਹੋ ਤਾਂ ਕਰਕੇ ਸਮਝਾ ਰਿਹਾ, ਬਾਕੀ ਤੇਰੇ ਮਾਮੇ ਨਾਲੋਂ ਵੱਧ ਕੌਣ ਜਾਣਦਾ ਹੈ। ਰਿਫਾਈਨ ਠੀਕ ਕਹਿੰਦਾ, ਕੋਈ ਲੋੜ ਨਹੀਂ ਕਿਸੇ ਤੋਂ ਮਾਫ਼ੀ ਮੁਫ਼ੀ ਮੰਗਾਉਣ ਦੀ, ਤੂੰ ਚੁੱਪ ਚਾਪ ਆਪਣਾ ਕੰਮ ਕਰ, ਇਸ ਖੁੱਤਪੁਣੇ 'ਚ ਕੁਛ ਨਹੀਂ ਪਿਆ। ਮੈਂ ਵੀ ਉਹ ਦਿਨ ਐਵੇਂ ਪੱਤੇ ਘਾ ਗਰਮੀ ਖਾ ਗਿਆ ਸੰਘੇ ਤੇ। ਕੋਈ ਨਾ ਫਿਰ ਮਾਫ਼ੀ ਮੰਗ ਲੈਂਦੇ ਸਰਦਾਰ ਬਹਾਦਰ ਸ਼੍ਰੀ ਸੰਘਾ ਸਾਹਿਬ ਤੋਂ। ਯਾਦ ਆ ਤੈਨੂੰ ਮਾਮਾ, ਤੂੰ ਮੈਨੂੰ ਛੋਟੇ ਹੁੰਦੇ ਨੂੰ ਜੂੜੀ ਤੋਂ ਤਾਂ ਚੱਕ ਕੇ ਚੈੱਕ ਕਰਿਆ ਸੀ ਮੈਂ ਤੇਰਾ ਭਾਣਜਾ ਹੈਗਾ ਕਿ ਨਾ। ਹੁਣ ਤੂੰ ਦੱਸ ਮੈਂ ਤੈਨੂੰ ਕਿਵੇਂ ਪਰਖਾਂ ਵੀ ਤੂੰ ਮੇਰਾ ਮਾਮਾ ਹੈਗਾ ਜਾਂ ਨਹੀਂ।